हैरत से जो मेरी ओर देख रहे हो, लगता है तुमने कभी समुंदर नहीं देखा। कुछ शख्सियतां होंदिया ने जिन्हां दियां अचीवमेंट दर अचीवमेंट होंदिया ने, ते एक स्टेज ते आके अचीवमेंट इन्नियां वड्डियां हो जांदियां ने कि हर बंदा उन्हां नूं मिलण लई फकर महसूस करता है। हर बंदा चाहुंदा है कि उन्हां नाल हाथ मिलावे, उन्हां दी जिंदगी दे खूबसूरत पलां नूं जो है माणे और खास तौर ते उन्हां बारे जाने। और दी फगवाड़ा हैलन लाइव दे दर्शकां दे लई अज असीं एक जिही शख्सियत दे दर्शन तुहाडे नाल करवा रहे हां जिन्हां ने भारत ਵਿੱਚ ਤਾਂ ਬਹੁਤ ਵੱਡੀਆਂ ਉਪਲਬਧੀਆਂ ਲਈਆਂ। ਉਹਨਾਂ ਦਾ ਸਿੱਖਿਆ ਜੀਵਨ ਸ਼ੁਰੂ ਹੁੰਦਾ ਹੈ ਨੈਨੀਤਾਲ ਤੋਂ, ਜਿੱਥੇ ਦੇਸ਼ ਦੇ ਬਹੁਤ ਹੀ ਬਿਹਤਰੀਨ ਆਰਟਿਸਟ ਡੈਨੀ ਜੋ ਸੀ ਫਿਲਮਾਂ ਦੇ, ਉਹਨਾਂ ਦੇ ਕਲਾਸਮੇਟ ਰਹੇ ਨੇ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਿੱਖਿਆ ਨੂੰ ਪ੍ਰਾਪਤ ਕੀਤਾ, ਉਸ ਤੋਂ ਬਾਅਦ ਫਿਰ ਕੁਝ ਸਮਾਂ ਉਹਨਾਂ ਨੇ ਗਾਜ਼ੀਆਬਾਦ ਦੇ ਵਿੱਚ ਵੀ ਬਿਤਾਇਆ ਔਰ ਉੱਥੇ ਉਹਨਾਂ ਨੇ ਆਪਣੀ ਛਾਪ ਛੱਡੀ ਬਤੌਰ ਮਿਊਨਸੀਪਲ ਕੌਂਸਲਰ ਔਰ ਖਾਸ ਤੌਰ 'ਤੇ ਚੇਅਰਮੈਨ ਗਾਜ਼ੀਆਬਾਦ ਟੈਕਸ ਕਮੇਟੀ ਦੇ ਰਹੇ ਨੇ। ਔਰ ਉਸ ਤੋਂ ਬਾਅਦ ਬਹੁਤ ਸਾਰੇ ਜੋ ਦੇਸ਼ ਦੇ ਟੌਪ ਮੋਸਟ ਰਾਜਨੀਤਿਕ ਸ਼ਖਸੀਅਤਾਂ ਹੈ ਉਹਨਾਂ ਨਾਲ ਵੀ ਉਹਨਾਂ ਦੇ ਬਹੁਤ ਹੀ ਗਹਿਰੇ ਸੰਬੰਧ ਰਹੇ ਨੇ। ਔਰ ਅੱਜ ਸਾਡੇ ਵਿਚਕਾਰ ਫਖਰ ਦੀ ਗੱਲ ਹੈ ਕਿ ਫਗਵਾੜਾ ਦੇ ਸਾਡੇ ਨੌਜਵਾਨ ਲੀਡਰ ਧਰਮਿੰਦਰ ਸਹਿਦੇਵ ਟੋਨੀ ਜੀ ਦੀ ਬਦੌਲਤ ਜੋ ਅੱਜ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਮਨਾ ਰਹੇ ਹਾਂ। ਸਾਡੇ ਵਿਚਕਾਰ ਨੇ ਸਰਦਾਰ ਨਿਰਮਲ ਸਿੰਘ ਜੀ ਨਾਮਧਾਰੀ, ਤੁਹਾਡਾ ਬਹੁਤ ਬਹੁਤ ਸਵਾਗਤ। ਜ਼ਿੰਦਗੀ ਨੂੰ ਜਦੋਂ ਤੁਸੀਂ ਦੇਖਦੇ ਹੋ ਬਹੁਤ ਸਾਰੀ ਅਚੀਵਮੈਂਟ ਹੈ ਤੁਹਾਡੀ ਔਰ ਖਾਸ ਤੌਰ 'ਤੇ ਹੁਣ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀਆਂ ਕਾਫੀ ਮੱਲਾਂ ਮਾਰ ਰਹੇ ਹੋ, ਥੋੜ੍ਹਾ ਜਿਹਾ ਸੰਖੇਪ ਆਪਣੇ ਬਾਰੇ ਦੱਸੋ ਕੀ ਅਚੀਵਮੈਂਟ ਰਹੀਆਂ ਹੁਣ ਤੱਕ। ਮੇਰੀ ਅਚੀਵਮੈਂਟ ਰਹੀ, ਮੈਂ 2000 ਵਿੱਚ ਪਹਿਲਾਂ ਨਗਰ ਇਲੈਕਸ਼ਨ ਲੜਿਆ ਜੀ, ਤੇ ਫਿਰ ਟੈਕਸ ਦਾ ਚੇਅਰਮੈਨ ਬਣਿਆ ਗਾਜ਼ੀਆਬਾਦ। ਕਾਫੀ ਵੱਡਾ ਕਾਰਪੋਰੇਸ਼ਨ ਜੀ, ਤੇ ਕੀ ਖਾਸ ਜਦੋਂ ਐਜ਼ ਏ ਤੁਸੀਂ ਚੇਅਰਮੈਨ ਰਹੇ ਹੋ ਕਿਹੜੀਆਂ ਖਾਸ ਉਪਲਬਧੀਆਂ ਰਹੀਆਂ? ਮੇਰੀ ਉਪਲਬਧੀ ਬਸ ਇਹ ਰਹੀ ਕਿ ਮੈਂ ਟੈਕਸ ਨਾ ਲਗਾ ਕੇ ਵੀ ਉਹ ਟੈਕਸ ਵਧਾਇਆ ਬਹੁਤ ਜ਼ਿਆਦਾ। ਓਕੇ, ਉਸ ਦੇ ਵਿੱਚ ਪਹਿਲਾਂ ਸਾਡਾ 350 ਕਰੋੜ ਦੇ 400 ਕਰੋੜ ਸੀ ਜੀ, ਉਹਨੂੰ 1500 ਕਰੋੜ ਤੱਕ ਲੈ ਗਏ ਜੀ, ਵਧਾਇਆ ਨਹੀਂ ਕੋਈ ਟੈਕਸ। ਤੁਹਾਡੀ ਕਾਫੀ ਨੇੜਤਾ ਰਹੀ ਹੈ ਰਾਜਨੀਤਿਕ ਦਾ, ਤੁਹਾਡੇ ਨਾਲ ਲਗਾ ਸ਼ੁਰੂ ਤੋਂ ਰਿਹਾ ਰਾਜਨੀਤੀ ਪਸੰਦ ਸੀ ਤੁਹਾਨੂੰ ਪੋਲੀਟੀਕਲੀ? ਮੇਰੇ ਜਿਹੜੇ ਗਿਆਨੀ ਜੈਲ ਸਿੰਘ ਸੀ, ਮੇਰੇ ਤਾਏ ਦਾ ਲੜਕਾ, ਉਹਨਾਂ ਦਾ ਜਵਾਈ ਸੀ ਜੀ ਇੱਥੇ ਲੁਧਿਆਣੇ ਜੀ, ਨਰਿੰਦਰ ਸਿੰਘ ਜੀ, ਤੇ ਗਿਆਨੀ ਜੈਲ ਸਿੰਘ ਉਹਨਾਂ ਨੂੰ ਮੇਰੇ ਤੋਂ ਦੇਖਣ ਦਾ ਮੌਕਾ ਮਿਲਿਆ। ਅਰੇ ਉੱਥੇ ਮੈਂ ਰਾਸ਼ਨ ਵੀ ਪਹੁੰਚੇ ਰਹਿੰਦਾ ਹੁੰਦਾ ਸੀ। ਅੱਛਾ ਜੀ, ਇਸ ਤਰ੍ਹਾਂ ਦੀ ਸ਼ਖਸੀਅਤ ਸੀ ਖਾਸ ਤੌਰ ਤੇ ਸੰਖੇਪ ਵਿੱਚ? ਬਹੁਤ ਜ਼ਿਆਦਾ, ਬਹੁਤ ਡਾਊਨ ਟੂ ਅਰਥ, ਡਾਊਨ ਟੂ ਅਰਥ ਯੈਸ, ਕਿਉਂਕਿ ਇਹ ਤਾਏ ਲੜਕਾ ਉਹਨਾਂ ਦਮਾਦ ਸੀ। ਠੀਕ ਹੈ ਜੀ, ਤੇ ਇਸ ਕਰਕੇ ਰਾਸ਼ਟਰਪਤੀ ਭਵਨ ਮੇਰਾ ਬਹੁਤ। ਗਿਆਨੀ ਜੈਲ ਸਿੰਘ ਦੀ ਸ਼ਖਸੀਅਤ ਤੋਂ ਖਾਸ ਤੁਸੀਂ ਕਿਹੜੀ ਗੱਲ ਸਿੱਖੀ ਜੀ ਜਿਹੜੀ ਤੁਹਾਨੂੰ ਲੱਗਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਬਹੁਤ ਅਸਰ? ਇੱਕ ਤਾਂ ਉਹਨਾਂ ਦਾ ਖਾਣਾ ਬਹੁਤ ਸਾਦਾ ਸੀ। ਅੱਛਾ ਜੀ, ਸਾਦਾ ਖਾਣਾ ਖਾਂਦੇ? ਬਿਲਕੁਲ, ਬਹੁਤ ਸਾਦਾ ਖਾਣਾ ਜੀ। ਤੇ ਤੁਸੀਂ ਸੋਚ ਨਹੀਂ ਸਕਦੇ ਕਿ ਇੱਕ ਪ੍ਰੈਜ਼ੀਡੈਂਟ ਆਫ ਇੰਡੀਆ ਇੰਨਾ ਸਾਦਾ ਖਾਣਾ ਖਾ ਸਕਦਾ। ਗਿਆਨੀ ਜੈਲ ਸਿੰਘ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵੱਡੇ ਲੀਡਰ ਆ ਜਿਨ੍ਹਾਂ ਨਾਲ ਤੁਹਾਡੇ ਸੰਬੰਧ ਰਹੇ? ਬੜੇ ਲੀਡਰ ਦੇਖੋ ਜੀ, ਬੜੇ ਨਰਾਇੰਦਰ ਤਿਵਾਰੀ। ਅੱਛਾ, ਐਮ ਡੀ ਤਿਵਾਰੀ ਜਿਹੜੀ ਯੂਪੀ ਦੇ ਜੀ? ਯੈਸ, ਉਹ ਮੇਰੇ ਪਿਤਾ ਜੀ ਦੇ ਬੜੇ ਬਹੁਤ ਕਰੀਬੀ ਦੋਸਤਾਂ ਚੋਂ ਸੀ। ਠੀਕ ਹੈ ਜੀ, ਮੇਰੇ ਪਿਤਾ ਜੀ 58 'ਚ ਇੱਥੋਂ ਨਹਿਰੂ ਲੈ ਗਏ। ਠੀਕ ਹੈ ਜੀ, ਨੈਨਤਾ ਜਿੱਥੇ ਰਹਿੰਦੇ, ਜਵਾਹਰਲਾਲ ਨਹਿਰੂ ਜੀ ਨੂੰ, ਜਵਾਹਰਲਾਲ ਨਹਿਰੂ। ਠੀਕ ਹੈ ਜੀ, ਉੱਥੇ ਇੱਕ ਹੋਸਪਿਟਲ ਬਣਵਾਇਆ। ਠੀਕ ਹੈ ਜੀ, ਉਹ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸੀ ਉਸ ਟਾਈਮ। ਅੱਛਾ ਜੀ, ਤੇ ਉਹ ਹੋਸਪਿਟਲ ਬਣਾ ਕੇ ਉਹਦਾ ਉਦਘਾਟਨ ਨਹਿਰੂ ਕੋਲ ਕਰਵਾਇਆ। ਠੀਕ ਹੈ ਜੀ, ਤੇ ਫਿਰ ਉਸ ਤੋਂ ਬਾਅਦ ਕੇਸੀ ਪੰਥ। ਕੇਸੀ ਪੰਥ ਜੀ, ਉਹ ਸਾਡੇ ਕਲੋਜ਼ ਫੈਮਿਲੀ ਮੈਂਬਰ ਜੀ। ਫਿਰ ਮੇਰੇ ਦੋਸਤਾਂ ਵਿੱਚੋਂ ਤੁਹਾਡੇ ਭੁਪਿੰਦਰ ਸਿੰਘ ਹੋਡਾ, ਹਾਂ ਜਿਹੜੇ ਸੀਐਮ ਰਹੇ ਨੇ ਲੁਧਿਆਣਾ ਦੇ, ਉਹਦੇ ਬੜਾ ਭਰਾ ਸੀ ਜਗਿੰਦਰ, ਜਿਹੜੀ ਡੈਥ ਹੋ ਗਈ ਉਹ ਮੇਰਾ ਕਲਾਸਮੇਟ ਸੀ ਤੇ ਹੋਸਟਲ 'ਚ ਮੇਰੇ ਨਾਲ ਸੀ। ਅੱਛਾ ਜੀ, ਤੇ ਤੁਸੀਂ ਪਾਇਲਟ ਵੀ ਰਹੇ ਹੋ? ਜੀ ਪਾਇਲਟ, ਮੈਂ ਕਦੋਂ ਤੁਸੀਂ ਕਮਰਸ਼ੀਅਲ ਪਾਇਲਟ ਬਣੇ? ਮੈਂ ਬਣਿਆ ਸੀ 80 ਦੇ ਵਿੱਚ। ਅੱਛਾ ਜੀ, ਤੇ ਉਸ ਤੋਂ ਬਾਅਦ? ਉਸ ਤੋਂ ਬਾਅਦ ਮੈਂ ਪਹਿਲੀ ਫਲਾਈਟ ਲੈ ਕੇ ਆਇਆ ਸੀ ਤੁਹਾਡੇ 4 ਮਾਰਚ। ਤੁਹਾਡੇ ਮੈਂ ਦੇਖ ਰਿਹਾ ਬੇਟੇ ਦਾ ਬਹੁਤ ਅੱਛਾ ਕੰਮ ਆ, ਤੁਹਾਡੇ ਦਿਮਾਗ ਦਾ ਬਹੁਤ ਅੱਛਾ ਕੰਮ ਆ। ਜਿਹੜੇ ਨੌਜਵਾਨ ਸਾਡਾ ਪ੍ਰੋਗਰਾਮ ਦੇਖ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਸੰਦੇਸ਼ ਦੇਖੋ ਜੀ, ਇੱਕ ਇਮਾਨਦਾਰੀ ਰਸਤਾ ਸਭ ਤੋਂ ਵਧੀਆ ਜੀ, ਤੇ ਮਿਹਨਤ ਨਾਲ ਕੁਛ ਵੀ ਅਚੀਵ ਕਰ ਸਕਦੇ ਹਾਂ, ਮਿਹਨਤ ਨਾਲ ਕੁਛ ਵੀ ਅਚੀਵ ਹੋ ਸਕਦਾ। ਤੁਸੀਂ ਅੱਜ ਡਿਸਟ੍ਰਿਕਟ 321 ਵੱਲੋਂ ਨਿਰਮਲ ਸਿੰਘ ਜੀ ਨੂੰ ਆਨਰ ਕਰ ਰਹੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ? ਮੈਨੂੰ ਬਹੁਤ ਚੰਗਾ ਲੱਗ ਰਿਹਾ ਜੀ। ਪਹਿਲਾਂ ਤਾਂ ਥੈਂਕ ਯੂ ਚਾਹੁੰਦਾ ਜੀ ਕਿ ਸਾਡੇ ਘਰ ਵਿੱਚ ਅੱਜ ਛੋਟੀ ਜਿਹੀ ਸੁਨੇਹੇ 'ਤੇ ਸਰਦਾਰ ਨਿਰਮਲ ਸਿੰਘ ਨਾਮਧਾਰੀ ਜੀ, ਪਹਿਲਾਂ ਤਾਂ ਇਹਨਾਂ ਨੂੰ ਬਹੁਤ ਤਹਿ ਦਿਲੋਂ ਆਪਣੀ ਫੈਮਿਲੀ ਵੱਲੋਂ ਧੰਨਵਾਦ ਕਰਦਾ ਅਤੇ ਜਿੱਥੇ ਵੈਲਕਮ ਵੀ ਕਰਦਾ। 321 ਵਿੱਚ ਅਸੀਂ ਰੱਖੇ ਆਪਣੇ ਲੌਂਚ ਕਲੱਬ ਵਿੱਚ, ਅੱਜ ਇਹਨਾਂ ਦਾ ਆਨਰ ਕਰਨਾ ਹੈ ਅਤੇ ਇਹਨਾਂ ਦਾ ਅਸੀਂ ਮਾਣ ਉੱਥੇ
ਕਰੈਕਟਰ ਬਣਾ ਪੂਰਾ। ਅੱਜ ਦੀ ਸਾਡੀ ਸ਼ਖਸੀਅਤ ਨਿਰਮਲ ਸਿੰਘ ਨਾਮਧਾਰੀ ਜੀ, ਜਿਹਨਾਂ ਨੇ ਨਾ ਸਿਰਫ ਆਪਣੇ ਦੇਸ਼ ਵਿੱਚ ਰਹਿ ਕੇ ਰਾਜਨੀਤੀ ਵਿੱਚ ਹਿੱਸਾ ਪਾਇਆ ਔਰ ਬੜੇ ਸੋਸ਼ਲ ਵਰਕਰ ਦੇ ਤੌਰ ਤੇ ਗਾਜ਼ੀਆਬਾਦ ਦੇ ਉੱਭਰ ਕੇ ਸਾਹਮਣੇ ਆਏ, ਉੱਥੇ ਨਾਲ ਹੀ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਉਹ ਜੋ ਇੰਡੀਅਨ ਸੋਸਾਇਟੀਜ਼ ਹੈਗੀਆਂ, ਕਲਚਰ ਸੋਸਾਇਟੀਜ਼ ਹੈ, ਉਹਨਾਂ ਦੇ ਬਤੌਰ ਚੇਅਰਪਰਸਨ ਉਹ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਨੇ ਔਰ ਅੱਜ ਲਾਇਨਸ ਕਲੱਬ ਫਗਵਾੜਾ ਰਾਇਲ ਵੱਲੋਂ ਉਹਨਾਂ ਨੂੰ ਆਨਰ ਕੀਤਾ ਜਾ ਰਿਹਾ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਪਣੀਆਂ ਜੋ ਅਚੀਵਮੈਂਟਸ ਹੈ ਉਹਦੇ ਨਾਲ ਸਾਡੇ ਦੇਸ਼ ਦਾ ਨਾਂ ਉੱਚਾ ਕਰਦੇ ਰਹਿਣਗੇ। ਨਿਰਮਲ ਜੀ, ਤੁਸੀਂ ਸਾਡੇ ਨਾਲ ਇਸ ਵਿਸ਼ੇਸ਼ ਵਿਚਾਰ ਚਰਚਾ ਵਿੱਚ ਆਏ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ। ਥੈਂਕ ਯੂ ਸਰ।